ਸਾਡਾ ਸੋਨੂੰ ਘਰ ਇਹ ਹੋ ਜਾਵੇ ਨਾ, ਇਹ ਵਾਲਾ ਆਪਾਂ ਮੈਦਰ ਵਾਲਾ ਕਰ ਲਓ ਤੁਸੀਂ, ਜਿੰਨੇ ਮਰਜ਼ੀ ਘਰ ਬੰਦਾ ਮੇਰਾ ਕੰਗਣਾ ਹੀ ਹਾਂ, ਕੱਖ ਨਹੀਂ ਹੈ, ਕੱਖ ਨਹੀਂ ਹੈ, ਮਰਦੇ ਨੇ ਖਾਲੀ ਪੇਟ ਰੱਖਿਆ, ਮਰਦੇ ਨੇ ਖਾਲੀ ਪੇਟ ਰੱਖਿਆ, ਲੋਕਾਂ ਕੋਲ ਮੰਗ ਮੰਗ ਕੇ ਮੈਂ ਖਾਈ, ਖਾਲੀ ਗੋਸ਼ਤ ਵੀ ਨਹੀਂ ਰੱਖਿਆ, ਖਾਲੀ ਕੀ ਕਹੀਦਾ ਹੈ, ਕੁੱਕੜੀ ਦੇ ਪੰਜੇ ਨਹੀਂ ਰੱਖੇ, ਤੁਸੀਂ ਗੋਸ਼ਤ ਦੀ ਗੱਲ ਕਰਨਾ, ਦੇਖੋ ਮੈਂ ਤੁਹਾਨੂੰ ਖਾਲੀ ਪੇਟ ਸੌਣ ਨਹੀਂ ਦੇ ਸਕਦਾ, ਇੱਥੇ ਆਉਂਦਾ ਇੱਥੇ ਆਉਂਦਾ ਇੱਥੇ ਆਉਂਦਾ ਮੇਰਾ ਮਰਨੇ, ਇੱਥੇ ਆਉਂਦਾ ਇੱਥੇ ਆਉਂਦਾ, ਤੈਨੂੰ ਨਹੀਂ ਪਤਾ ਮੈਂ ਕਿਹੜੇ ਕੰਮ ਵਾਸਤੇ ਰੱਖਿਆ, ਇੱਥੇ ਆਉਂਦਾ ਜੋੜੀ ਸੋਹਣੀ ਲੱਗ ਰਹੀ, ਕਿਹੜੀ ਅਗਲੀ ਵੱਡੀ ਮੇਰੀ ਗੱਲ ਕਰ ਰਹੇ ਹੋ, ਕਿਹੜੀ ਜੋੜੀ, ਅਸੀਂ ਤਿੰਨਾਂ ਦੀ ਗੱਲ ਕਰਦੇ, ਖੂਬਸੂਰਤ ਲੱਗ ਰਹੇ, ਜਿਹਦੀ ਐਸੀ ਬੀਵੀ ਹੋਵੇ ਉਹਨੂੰ ਹੋਰ ਕੀ ਚਾਹੀਦਾ, ਉਹਨੂੰ ਸਿਰਫ 10 ਮਿੰਟ ਜਾਂ ਘੰਟਾ ਚਾਹੀਦਾ, ਹੋਰ ਕੱਖ ਨਹੀਂ ਚਾਹੀਦਾ। ਤਮਸਿਲ ਥੀਏਟਰ ਨੇ ਜੁੰਮੇ ਵਾਲੇ ਦਿਨ ਨਿਗਾਹ ਡਰਾਮਾ ਲੱਗਣੇ ਲੱਗਾ, ਔਰ ਹਮਦੋ ਨਵੀਆਂ ਬੀਵੀ ਬਣਿਆ ਮੈਂ, ਬਹੁਤ ਅੱਛਾ ਰੋਲ ਕਰਨੇ ਲੱਗੇ, ਕੀ ਸ਼ਰਾਬੀ ਹੈ, ਸ਼ਰਾਬੀ ਐਂਡ ਕਬੱਡੀ, ਔਰ ਮੈਂ ਛੱਡਾਂਗਾ ਨਹੀਂ ਇਹਨੂੰ ਦੋਸਤੋ, ਮੈਂ ਖੁਦ ਹੀ ਜਾਂਦੀ ਹਾਂ, ਇੱਕ ਸ਼ਾਮ ਜ਼ਰੂਰ ਸਾਡਾ ਮਨਾਓ, ਮੈਨੂੰ ਸਾਰੇ ਸਟੈਪ ਇਹਦੇ ਆਉਂਦੇ ਨੇ, ਖੁਡੂ ਮੁਬਾਰਕ ਹੋਵੇ ਯਾਰ ਤੇਰੀ ਸਿੰਮੀ ਨਾਲ ਸ਼ਾਦੀ ਹੋ ਗਈ, ਆ ਮਾਸ਼ਾਅੱਲਾ ਮਾਸ਼ਾਅੱਲਾ, ਹਾਂ ਤੇ ਕੀ ਬੋਲਦਾ ਯਾ, ਨਹੀਂ ਨਾ ਜਾਨ ਨਹੀਂ ਰੱਖਿਆ, ਹਾਂ ਤੁਸੀਂ ਸ਼ਾਦੀ ਕਰ ਲਈ, ਅੱਛਾ ਪਲੇਟ ਕਰੋ, ਪਿੱਛੇ ਜੰਦੇ ਤੇ ਚੋਨਾ ਮੋਲ ਆਂਦੀ ਹੈ, ਪਾਗਲ ਕੁੜੀ ਇਹ ਮੇਰਾ ਖਾਣ ਦੇ ਲੋਕ ਦੀ ਸਾਰੀ ਜਾਨ ਕੀ ਕਹਿ ਤੁਨੇ, ਮੈਂ ਕਿਹਾ ਬਾਹਤ ਮਾਫੀ ਮੰਗੋ, ਇਸੇ ਪਬਲਿਕ ਦੇ ਸਾਹਮਣੇ ਮਾਫੀ ਮੰਗੋ, ਤੇ ਮਾਫ ਕਰ ਦਿਓ ਦੋਨੋ, ਮੇਰੀ ਤੇ ਮੈਂ ਮਾਫ ਕਰ ਦਿਆ, ਓਕੇ ਮੇਰੇ ਹੱਥ ਕਈ ਹੋਰ ਜਾਣੇ ਲੱਗੇ, ਲੇਕਿਨ ਕੀ ਤਾਵਨ ਮੈਂ ਤੁਹਾਨੂੰ ਦੱਸਣਾ, ਕਰਦੇ ਨੇ ਇੰਨੀ ਮੁਹੱਬਤ ਕਰਦੇ ਨੇ, ਮੈਨੂੰ ਕੀ ਲੋੜ ਠਹਿਰ ਦੋ, ਅੱਛਾ ਮੇਰੀ ਦੱਸੋ ਸਾਰੇ ਚਿੱਤੇ ਆਉਂਦੇ, ਛੋਟੀ ਵੈਸੇ ਇਤਨੀ ਲੰਬੀ ਹਮਾਰੀ ਮੂਵੀ ਕਿਉਂ ਬਣ ਰਹੀ ਹੈ, ਮੁਝੇ ਨਹੀਂ ਸਮਝ, ਉਹ ਜਿਹੜਾ ਮੂਵੀ ਵਾਲਾ ਨਾ ਆਪਣੀ ਆਖਰਤ ਬਣਾਉਂਦੇ ਆ, ਮੂਵੀ ਨਹੀਂ ਬਣਾਉਂਦੇ, ਗੁੱਡੂ ਐਡੀ ਸੋਹਣੀ ਭਾਬੀ ਨੇ ਤੇ ਕਿੰਨੇ ਬੱਚਿਆਂ ਦੀ ਖਾਹਿਸ਼ ਰੱਖ ਲਓ, ਬੱਚਾ ਨਹੀਂ ਮੈਂ ਹਾਲੇ ਹਵਾ ਭਰਨੀ ਪੂਰੀ ਪੰਪ ਮਾਰਨੇ ਕਾਕਾ, ਬੱਚੇ ਮੈਂ ਕਿੱਥੋਂ ਪੈਂਪਰ ਲਿਆਉਂਦਾ ਫਿਰਾਂਗਾ, ਛੱਡ ਦੇ ਅੱਗੇ ਮੇਰੇ ਤੋਂ ਤਪੀ ਪਈ ਜੀ, ਆ ਕੇ ਥੱਕੇ ਪੈਂਪਰ ਲਾ ਲਾ ਕੇ, ਨਹੀਂ ਮੈਂ ਵੈਸੇ ਗੱਲ ਕੀਤੀ ਹੈ, ਅੱਗੇ ਕਹਿੰਦੇ ਕੰਗਲਾ ਯਾਦ ਜੇ ਜ਼ਬੂਰ ਖਾਨ, ਬਾਕੀ ਕੰਗਲਾ ਹੈ, ਹਾਂਜੀ ਕੰਗਲਾ ਬਹੁਤ ਜ਼ਿਆਦਾ, ਹਾਂਜੀ ਬਸ ਕੁਛ ਨਹੀਂ ਹੈ, ਸਿਰਫ ਸਮਾਨ ਕਹਿੰਦੇ ਲੈ ਕੇ ਆਓ ਔਰ ਮੁਝੇ ਵੀ ਖਿਲਾਓ, ਹਾਂ ਲੈ ਕੇ ਆਓ, ਹੈਂ ਹਾਂ, ਨਹੀਂ ਇਹੋ ਜਿਹੀ ਗੱਲ ਨਹੀਂ ਕਰੀਦੀ, ਆਰਾਮ ਦੇਖ ਰਹੀ ਹੈ ਅਤੇ ਘਰੇਲੂ ਗੱਲਾਂ ਨੇ ਆਪਣੀਆਂ, ਠੀਕ ਹੈ ਨਾ, ਅੱਜ ਪਕਾਉਣਾ ਕੀ ਹੈ, ਜੋ ਅੱਜਾ ਚੋਕ ਅੱਜ ਪਕਾਉਣਾ ਕੀ ਹੈ, ਮੈਂ ਤਾਂ ਕਹਿੰਦਾ ਇਹਨਾਂ 'ਚ ਹੀ ਆਲੂ ਪਾ ਲਓ, ਮੇਰੀ ਜਾਨ ਤਾਂ ਕਿਤੇ ਪੈਰ ਕੰਦੀ ਹੋਏ ਨਹੀਂ, ਦੇਖਿਆ ਨਾ ਕਿ ਨੱਚ ਨੱਚ ਕੇ ਇੱਥੇ ਮੇਰੇ ਪੈਰ ਕੰਦੇ ਹੋ ਗਏ, ਕੋਈ ਕਿਉਂ ਤੂੰ ਅੱਜ ਤੋਂ ਬਾਅਦ ਨੱਚਣਾ ਨਹੀਂ, ਤੇਰੇ ਪੈਰ ਕੰਦੇ, ਤੂੰ ਜ਼ਮੀਨ ਤੋਂ ਮੈਂ ਤੇਰੇ ਪੈਰ ਲੱਗਣ ਹੀ ਨਹੀਂ ਦੇਣੇ, ਕਿੱਥੇ ਲੱਗਣ ਦੇਗਾ, ਚੁੱਕ ਕੇ ਰੱਖਾਂਗਾ, ਤੁਸੀਂ ਦੱਸ ਕਿੱਥੇ ਕਰਕੇ, ਕਿੱਥੇ ਤੱਕ ਮੇਰੇ ਕੋਲ ਚੁੱਕੇਗਾ, ਡਰਾਮੇ ਨਹੀਂ ਹੈ,
ਸਾਰਾ ਕੁਛ ਠੀਕ ਹੈ ਜੀ ਰਸ਼ੀਦ ਸਾਹਿਬ ਬੜੀ ਮੁਸ਼ਕਲ ਨੌਕਰੀ ਮਿਲੀ ਹੈ ਮੈਨੂੰ ਇਹ ਵੀ ਮੇਰੇ ਭਾਈ ਨੇ ਤਰਲੇ ਲੈ ਲਿਆ ਕਿ ਮੈਨੂੰ ਨੌਕਰੀ ਦਵਾਈ ਹੈ ਥੋੜਾ ਘੋਰ ਛੋਟਾ ਹੁੰਦਾ ਕੋਡੂ ਹੀ ਹੋਣਾ ਸੀ ਸਿਕੰਦਰ ਤੋਂ ਯਾਦ ਆਇਆ ਕਿ ਇੱਕ ਰਿਸ਼ਤਾ ਮੈਨੂੰ ਥਾਣੇ ਦੇ ਮੁਨਸ਼ੀ ਦਾ ਆਇਆ ਤੇ ਉਹਦੀ ਮਾਂ ਨੇ ਕਿਹਾ ਮੇਰਾ ਪੁੱਤਰ 25,000 ਰੁਪਇਆ ਰੋਜ਼ ਦਾ ਕਮਾਉਂਦਾ ਮੈਂ ਉਹ ਮੁਨਸ਼ੀ ਨਾਲ ਹੀ ਕਰ ਲੈਂਦੀ ਚੜਾਈ ਤੇ ਸ਼ੁਰੂ ਕਰੋ ਤੇਰੀ ਮਾਂ ਨੇ ਕਿਹਾ 8 ਫੁੱਟ ਕਰ ਪਟਵਾਰੀ ਦਾ ਪਟਵਾਰੀ ਫਿਰ ਮੇਰੇ ਨਸੀਬ ਚੜ ਗਿਆ ਤੇਰਾ ਹੱਕ ਨਾ ਰਵੇ
ਚਲੋ।